ਗੁੱਗਾ ਪੀਰ ਵੈਲਫੇਅਰ ਸੁਸਾਇਟੀ ਅੱਡਾ ਹੁਸ਼ਿਆਰਪੁਰ ਫਾਟਕ ਜਲੰਧਰ ਕੀ ਔਰ ਸੇ ਹਰ ਵਰਸ਼ ਕੀ ਤਰ੍ਹਾਂ ਇਸ ਵਰਸ਼ ਵੀ ਗਰੀਬ ਤਥਾ ਜ਼ਰੂਰਤਮੰਦ ਪਰਿਵਾਰੋਂ ਕੀ ਲੜਕੀਓਂ ਕਾ ਚੌਥਵਾਂ ਸਮੂਹਿਕ ਵਿਵਾਹ ਸਮਾਰੋਹ 28 ਅਗਸਤ ਕੋ ਪ੍ਰਤੇ 11 ਵਜੇ ਕਰਵਾਇਆ ਜਾ ਰਿਹਾ ਹੈ। ਇਸੀ ਸੰਬੰਧ ਮੇਂ ਇਸ ਵਿਵਾਹ ਸਮਾਰੋਹ ਮੇਂ ਸ਼ਹਿਰ ਕੇ ਗਣਮਾਨਿਆ ਵਿਅਕਤੀਓਂ ਕੋ ਵਿਸ਼ੇਸ਼ ਰੂਪ ਸੇ ਆਮੰਤ੍ਰਿਤ ਕਰਨੇ ਕੇ ਲੀਏ ਉਨ੍ਹੇ ਨਿਮੰਤਰਣ ਪੱਤਰ ਪ੍ਰਦਾਨ ਕੀਏ ਜਾ ਰਹੀ ਹੈ, ਜਿਸਕੇ ਚਲਤੇ ਸੁਸਾਇਟੀ ਕੇ ਅਧਿਕਸ਼ ਰਾਜਿੰਦਰ ਵਰਮਾ, ਦੀਸ਼ਾ ਜਨਰਲ ਸੈਕਟਰੀ ਮੱਖਣ ਸਿੰਘ ਔਰ ਉਪ ਅਧਿਕਸ਼ ਸੁਨੀਲ ਮਦਾਨ ਕੀ ਔਰ ਸੇ ਵਿਧਾਇਕ ਰਮਨ ਅਰੋੜਾ, ਪੂਰਵ ਮੰਤਰੀ ਅਵਤਾਰ ਹੈਨਰੀ, ਪੂਰਵ CPS ਕੇਡੀ ਭੰਡਾਰੀ, ਆਪ ਨੇਤਾ ਦਿਨੇਸ਼ ਢਲ, ACP ਨੌਰਥ ਸ਼ੀਤਲ ਸਿੰਘ ਔਰ ਥਾਣਾ ਡਿਵੀਜ਼ਨ ਨੰਬਰ 3 ਕੀ SHO ਸੰਦੀਪ ਰਾਣੀ ਕੋ ਨਿਮੰਤਰਣ ਪੱਤਰ ਪ੍ਰਦਾਨ ਕੀਆ ਗਿਆ। ਇਸ ਮੌਕੇ ਪਰ ਸਭੀ ਨੇ ਸੁਸਾਇਟੀ ਸਦੱਸਿਓਂ ਕੋ ਇਹ ਵਿਸ਼ਵਾਸ ਦਿਲਾਇਆ ਕਿ ਵੇ ਇਸ ਵਿਵਾਹ ਸਮਾਰੋਹ ਮੇਂ ਬੜ ਚੜ੍ਹ ਕਰ ਭਾਗ ਲੇਕਰ ਆਪਣਾ ਪੂਰਨ ਯੋਗਦਾਨ ਦੇਗੀ। ਗੌਰਤਲਬ ਰਹੇ ਕਿ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਅਬ ਤੱਕ 124 ਜੋੜੋਂ ਕੀ ਸ਼ਾਦੀਆਂ ਕਰਵਾ ਚੁੱਕੀ ਹੈ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਰੇਂਦਰ ਬਾਵਾ ਕੀ ਰਿਪੋਰਟ। ਅੱਜ ਅਸੀਂ ਜੋ ਹਰ ਸਾਲ ਗਰੀਬ ਲੜਕੀਆਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਂਦੇ ਹਾਂ, ਉਹਨਾਂ ਦਾ ਇਹ ਸਾਡਾ ਇਸ ਵਾਰ 14ਵਾਂ ਪ੍ਰੋਗਰਾਮ ਹੈ। ਇਸ ਸੰਬੰਧ ਦੇ ਵਿੱਚ ਅਸੀਂ ਦਿਨੇਸ਼ ਢਾਲ ਜੀ ਦੇ ਦਫ਼ਤਰ ਆਏ, ਉਹਨਾਂ ਨੂੰ ਸੱਦਾ ਪੱਤਰ ਦੇਣ ਆਏ ਹਾਂ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਵੀ ਇਸ ਬੱਚੀਆਂ ਨੂੰ ਆਸ਼ੀਰਵਾਦ ਦੇਣ ਜ਼ਰੂਰ ਆ। ਧੰਨਵਾਦ। ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵੱਲੋਂ ਜਿਹੜੇ ਕਿ ਹਰ ਸਾਲ ਜ਼ਰੂਰਤਮੰਦ ਕੁੜੀਆਂ ਦਾ ਵਿਆਹ ਕਰਵਾਉਂਦੇ ਨੇ, ਬੜਾ ਹੀ ਨੇਕ ਕੰਮ ਕਰਦੇ ਨੇ ਅਤੇ ਅੱਜ ਇੱਥੇ ਸੱਦਾ ਪੱਤਰ ਦੇਣ ਆਏ ਨੇ ਦਿਨੇਸ਼ ਢਾਲ ਦੇ ਔਫਿਸ, ਅਤੇ ਮੈਂ ਅਤੇ ਸਾਡੀ ਪਾਰਟੀ ਵੱਲੋਂ ਦਿਨੇਸ਼ ਢਾਲ ਜੀ ਵੱਲੋਂ ਉੱਥੇ ਜ਼ਰੂਰ ਜਾ ਕੇ ਸ਼ਿਰਕਤ ਕੀਤੀ ਜਾਊਗੀ ਅਤੇ ਜੋ ਸਾਡੇ ਵੱਲੋਂ ਸੱਦਾ ਪੁੱਜਦਾ ਹੋਏਗਾ ਅਸੀਂ ਉੱਥੇ ਆ ਕੇ ਮਾਤਰੀ ਸੇਵਾ ਕਰਾਂਗੇ। ਬੜੀ ਖੁਸ਼ੀ ਦੀ ਗੱਲ ਹੈ ਕਿ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਇਹ ਹਰ ਸਾਲ ਲੋੜਵੰਦ ਕੁੜੀਆਂ ਦੇ ਵਿਆਹ ਕਰਾਉਂਦੇ ਆ ਔਰ ਇਸ ਵਾਰੀ ਵੀ 28 ਅਗਸਤ ਨੂੰ ਇਹਨਾਂ ਨੇ ਲੜਕੀਆਂ ਦੀਆਂ ਸ਼ਾਦੀਆਂ ਕਰਾਉਣੀਆਂ 11 ਲੜਕੀਆਂ ਦੀਆਂ। ਔਰ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਦਿੰਦਾ ਪ੍ਰਧਾਨ ਸਾਹਿਬ ਨੂੰ, ਇਹਨਾਂ ਦੀ ਪੂਰੀ ਟੀਮ ਨੂੰ ਕਿ ਜਿਹੜੇ ਬਹੁਤ ਹੀ ਇੱਕ ਪੁੰਨਿਆ ਦਾ ਕੰਮ ਕਰਦੇ ਆ। ਅੱਜ ਦੇ ਸਮੇਂ ਦੇ ਵਿੱਚ ਗਰੀਬ ਵਾਸਤੇ ਆਪਣੀ ਬੇਟੀ ਨੂੰ ਵਿਆਹਣਾ ਬੜਾ ਔਖਾ ਅਤੇ ਮੁਸ਼ਕਲ ਹੈ, ਲੇਕਿਨ ਇਹ ਟੀਮ ਜਿਹੜੀ ਕਿ ਹਰ ਸਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਔਰ ਬਹੁਤ ਹੀ ਵਿਧੀ ਮੁਤਾਬਕ ਇਹ ਪੂਰੇ ਲਾਮਾ ਫੇਰੇ ਕਰਾ ਕੇ ਗੁਰੂ ਘਰ ਦੇ ਵਿੱਚ ਔਰ ਉਹਨਾਂ ਨੂੰ ਪੂਰਾ ਜੋ ਉਹਨਾਂ ਦਾ ਬਣਦਾ ਦਾਜ ਦਹੇਜ ਹੈ ਉਹ ਵੀ ਪ੍ਰੋਵਾਈਡ ਕਰਦੇ ਆ ਔਰ ਸਾਨੂੰ ਵੀ ਇੱਥੇ ਜਾ ਕੇ ਬੜਾ ਮਨ ਨੂੰ ਸੰਤੁਸ਼ਟੀ ਮਿਲਦੀ ਆ ਕਿ ਇਹ ਟੀਮ ਜਿਹੜਾ ਕੰਮ ਸਰਕਾਰਾਂ ਦਾ ਵਾ ਉਹ ਕੰਮ ਇਹ ਸਾਡੀ ਟੀਮ ਕਰਦੀ ਹੈ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਮਹਾਰਾਜ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਸ ਟੀਮ ਨੂੰ ਮਹਾਰਾਜ ਤਾਕਤ ਦੇਵੇ, ਬਲ ਦੇਵੇ, ਸ਼ਕਤੀ ਦੇਵੇ, ਲੰਬੀ ਉਮਰ ਦੇਵੇ, ਸਿਹਤ ਤੰਦਰੁਸਤ ਰਹੇ ਤਾਂ ਜੋ ਸਾਡੇ ਇਹ ਸਮਾਜ ਦੇ ਵਿੱਚ ਵਧੀਆ ਕੰਮ ਕਰਦੇ ਆ ਉਹਦੇ ਵਿੱਚ ਹੋਰ ਇਹ ਵਾਧਾ ਕਰ ਸਕਣ। ਔਰ ਮੇਰੇ ਸਾਰੇ ਭਰਾ ਵਾ ਮੱਖਣ ਜੀ, ਪ੍ਰਧਾਨ ਸਾਹਿਬ, ਬੈਲ ਸਾਹਿਬ, ਜਦੋਂ ਆਪਣੇ ਕੋਲ ਜ਼ਿੰਮੇਵਾਰੀ ਸੀਗੀ ਅਸੀਂ ਜੋ ਸਾਨੂੰ ਇਹ ਹੁਕਮ ਲਾਉਂਦੇ ਸੀਗੇ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਖੜ੍ਹੇ ਹਾਂ, ਹੁਣ ਵੀ ਅਸੀਂ ਇਹਨਾਂ ਦੇ ਨਾਲ ਖੜ੍ਹੇ ਹੋ ਕੇ ਇਹਨਾਂ ਦਾ ਪੂਰਾ ਸਾਥ ਦੇਵਾਂਗੇ। ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ, ਸਾਡੀ ਪੂਰੀ ਟੀਮ, ਕਿਉਂਕਿ ਮੱਖਣ ਜੀ ਸਾਡੇ ਆਪਣੇ ਭਰਾ ਵਾ, ਪ੍ਰਧਾਨ ਸਾਹਿਬ ਵੀ ਸਾਡੇ ਨਮਾ ਸ਼ਿਵਾਏ ਵਾਲੇ ਸਾਡੇ ਪ੍ਰਧਾਨ ਸਾਹਿਬ, ਇਹ ਸਾਡੇ ਆਪਣੇ ਪੁਰਾਣੇ ਸਾਥੀ ਹੈ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਸਮਾਜ ਦੇ ਵਿੱਚ ਇਹ ਟੀਮ ਸਾਡੀ ਕੰਮ ਕਰਦੀ ਹੈ ਅਤੇ ਸਾਡੀ ਛੱਤ ਚੌੜੀ ਹੁੰਦੀ ਹੈ ਕਿ ਸਾਡੇ ਸਮਾਜ ਦੇ ਲੋਕ ਵਧੀਆ ਕੰਮ ਕਰ ਰਹੇ ਆ। ਔਰ ਮੈਂ ਇੱਕ ਵਾਰ ਫਿਰ
ਇਸ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਔਰ ਜਿੰਨੇ ਵੀ ਡੋਨਰ ਸਹਿਬਾਨ ਹੈ ਜਿਨ੍ਹਾਂ ਨੇ ਆਪਣੀ ਆਪਣੀ ਇੱਛਾ ਸ਼ਕਤੀ ਨਾਲ ਇਹਨਾਂ ਨੂੰ ਜੋ ਵੀ ਚੀਜ਼ ਪ੍ਰੋਵਾਈਡ ਕੀਤੀ ਹੈ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ। ਜਿਨ੍ਹਾਂ ਬੱਚਿਆਂ ਦੇ ਵਿਆਹ ਹੋਣੇ ਆ ਉਹਨਾਂ ਨੂੰ ਅਸੀਂ ਜਾ ਕੇ ਆਸ਼ੀਰਵਾਦ ਵੀ ਦੇਵਾਂਗੇ ਔਰ ਬੱਚਿਆਂ ਦੀ ਵੀ ਅਸੀਂ ਲੰਬੀ ਉਮਰ ਵਾਸਤੇ ਉਹਨਾਂ ਵਿਵਾਹਿਕ ਜੀਵਨ ਠੀਕ ਚੱਲੇ ਉਹਦੇ ਲਈ ਅਸੀਂ ਮਹਾਰਾਜ ਅੱਗੇ ਪ੍ਰਾਰਥਨਾ ਕਰਾਂਗੇ। ਜਾਂ ਸਾਨੂੰ ਸਿੱਧਾ ਪੱਤਰ ਦੇਣ ਆਏ ਆ, ਮੈਂ ਇਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।